साहब जी वे बूफर ये कौन है साहब जी? मेरी अम्मी शादी हुई? नहीं। ते बड़े
ਸਾਲ ਹੀ ਹੈ ਤੂੰ ਹੁਣ ਕੋਈ ਸਮਝੀ ਹੈ ਕੀ ਮੇਰਾ ਸੈੱਟ ਹੋ ਗਿਆ ਤੇਰੇ ਨਾਲ ਹਾਂ ਅਸੀਂ ਹਨੀਮੂਨ ਜੰਗਲ ਵਿੱਚ ਮਨਾਣਾ ਅੱਛਾ ਤੇ ਜੇ ਉਹ ਸ਼ੇਰ ਆ ਗਿਆ ਉਹ ਮਨਾਏਗਾ ਮੈਂ ਵੇਖਾਂਗਾ ਸਾਰਿਆਂ ਦਾ ਆ ਗਿਆ ਸ਼ੇਰ ਦਾ ਨਹੀਂ ਆਇਆ ਵੈਰੀ ਗੁੱਡ ਯਾਰ ਬਹੁਤ ਅੱਛੀ ਹੈਗਾ ਚਲੋ ਤੁਸੀਂ ਤੇ ਕਰੋ ਉਹ ਛੋਟੇ ਯਾਰ ਯਾਰ ਘਰ ਚ ਹੋ ਗਿਆ ਆਪਣੇ ਹੱਥ ਨਾਲ ਮਾਰ ਕਰ ਉਸ ਕਰ ਯਾਰ ਮੇਰੀ ਗੱਲ ਸੁਣੋ ਹਾਂ ਜੀ ਤੁਸੀਂ ਮੈਨੂੰ ਸਾਗਰਾ ਤੂੰ ਪਾਉਗੀ ਮੈਂ ਤੈਨੂੰ ਵਕਤ ਪਾਵਾਂਗਾ ਕੀ ਪਾਉਗੇ ਵਕਤ ਓਏ ਇਹ ਲਵੋਣ ਪਸ਼ੀਰ ਫੱਟੇ ਵਾਲਾ ਤੇ ਹਾਂ ਭਾਈ ਨਾ ਸੱਟ ਕਰ ਲੈਂਦੋ ਮੇਰੇ ਜੈਕਟ ਹੈ ਹੁਣ ਜੈਕਟ ਕਾਦਾ ਬਾਜੀ ਹੈ ਕਿ ਕਹਿਣ ਦੀ ਬੱਚਿਆ ਉਧਰ ਜਾ ਅੱਛਾ ਮੈਂ ਕਿਹਾ ਇਧਰੋਂ ਕੰਮ ਤਿਆਰ ਹੋਏਗਾ ਤਾਂ ਸਿੱਧਾ ਜੇਬ ਕੁਬਾ ਦੇ ਵਿੱਚ ਮੈਡਮ ਓਏ ਜਾ ਓਏ ਮੰਨ ਗਈ ਅੰਦਰ ਜਾ ਕੇ ਪਾਣੀ ਗਰਮ ਕਰੋ ਵਿੱਚ ਬੇੜੀ ਦੇ ਪੱਤੇ ਪਾ ਲਵ ਤੁਹਾਨੂੰ ਯਕੀਨ ਹੈ ਮੈਂ ਮਾਰ ਛੱਡਣੀ ਆ ਤੂੰ ਉਹਦੇ ਦੰਦੀ ਨਾ ਵੱਡੀ ਆ ਤਾਂ ਮੈਂ ਨੌਕਰ ਨਾਲ ਉੱਤੇ ਉੱਤੇ ਚਵਲੇ ਜਾਂਦੀਏ ਮੇਰੀ ਗੱਲ ਸੁਣੋ जी आपको मैं कैसा लगता हूँ मेरी गाल सोना ऐ फोन करो वन वन टूटे बच्चे ना ज्यादती हो रही है अन्नी मार दिया बकरी चुप रह मेरी गाल सुनो जी मैडम मेनू बंदा ओ चाहिए सोना गबरू जवान जिदी एक छोड़ी छाती हो ਹੱਸਦੀ ਕਿੱਡਾ ਤੋੜ ਪਿਆਰ ਦੀ ਗੱਲ ਕੋਈ ਕਰਨੀ ਹੋਵੇ ਕਿੰਨੇ ਪੈਸੇ ਲਵੋਗੇ
ਲੈਂਡ ਕਰੋਜ਼ਰ ਉਹ ਲਈ ਯਾ ਅੱਲਾ ਯਾ ਅੱਲਾ ਲੈਂਡ ਕਰੋਜ਼ਰ ਤੇ ਉਹ ਤੇ ਮੈਨੂੰ ਨਹੀਂ ਪਤਾ ਕਿਹੋ ਜੀ ਹੁੰਦੀ ਤੈਨੂੰ ਨਹੀਂ ਪਤਾ ਇੱਕ ਦੋ ਤਿੰਨ ਦਫਾ ਥੱਲੇ ਆਇਆ ਮੈਂ ਉਹਦੇ ਮੈਡਮ ਕਿੰਨੇ ਕਿੰਨਾ ਪਿਆਰ ਕਰੇ ਨੇ ਕਿੰਨੇ ਅਸੀਂ ਅਮਲੇ ਦੇ ਬੰਦੇ ਜੇ ਕੋਈ ਰਾਤ ਕਿੰਨੇ ਪੈਸੇ ਲਵੋ ਕੀ ਮਤਲਬ ਹੈ ਪਿਆਰ ਕਰਨਾ ਹੋਵੇ ਤੁਹਾਡੇ ਨਾਲ ਕਿੰਨੇ ਪੈਸੇ ਪਿਆਰ ਕਿਵੇਂ ਦਾ ਨਹੀਂ ਤਾਂ ਆ ਆਲਾ ਤੋਂ ਡਾਂਸ ਆਲਾ ਆਈ ਲਵ ਯੂ ਭਾਈ ਤੁਸੀਂ ਚੰਗੇ ਭਲੇ ਮੋਸਸ ਬੰਦੇ ਹੋ ਕੀ ਗੱਲਾਂ ਕਰ ਸਾਡਾ ਵੀ ਤਰਾ ਕੱਢੀ ਜਾਂਦੇ ਅੱਛਾ ਤੁਸੀਂ ਡਰਾਮਾ ਕਰੋ